ਰੁੱਖ ਲਗਾਓ ਵਾਤਾਵਰਨ ਬਚਾਓ ਮਿਸ਼ਨ ਦੇ ਤਹਿਤ ਜਿਹੜੇ ਹਰਿਆਵਲ ਦਸਤੇ ਪਿੰਡਾਂ 'ਚ ਸਾਡੇ ਕੰਮ ਕਰ ਰਹੇ ਉਹਨਾਂ 'ਚ ਸਮਾਜ ਸੇਵਾ ਸੁਸਾਇਟੀ ਜੇਠੂਵਾਲ ਦੇ ਸਾਡੇ ਨੌਜਵਾਨ ਵੀਰ ਇਹਨਾਂ ਨੇ ਬੀੜਾ ਚੁੱਕਿਆ ਜੇਠੂਵਾਲ ਪਿੰਡ ਦੇ ਵਿੱਚ ਪੰਚਾਇਤ ਨਾਲ ਹੋਰ ਵੀ ਸਾਰੇ ਸਮਾਜ ਸੇਵੀ ਲੋਕਾਂ ਨਾਲ ਰਲ ਕੇ 250 ਬੂਟਾ ਜਿਹੜਾ ਪਿੰਡ ਜੇਠੂਵਾਲ ਵਿਖੇ ਲਗਾਇਆ ਜਾਊਗਾ। ਸੋ ਇਹਨਾਂ ਨੂੰ 250 ਬੂਟਾ ਜਿਹੜਾ ਅਸੀਂ ਇੱਥੋਂ ਭੇਜ ਰਹੇ ਹਾਂ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਮੈਨੂੰ ਆਸ ਹੈ ਹੋਰ ਵੀ ਪਿੰਡਾਂ ਦੇ ਲੋਕ ਨੌਜਵਾਨ ਖਾਸ ਕਰਕੇ ਵੀਰ, ਕਿਉਂਕਿ ਜਿਹੜਾ ਫਿਊਚਰ ਹੈ ਜਿੱਦਾਂ ਤਾਪਮਾਨ ਵੱਧ ਰਿਹਾ ਸਾਡੇ ਵਾਸਤੇ ਬਹੁਤ ਔਖਾ ਆ, ਅਤੇ ਹੋਰ ਵੀ ਸਾਰੇ ਇਸ ਹਰਿਆਵਲ ਦਸਤੇ ਜਿਹੜੇ ਆਪੋ ਆਪਣੇ ਪਿੰਡਾਂ ਦੇ ਵਿੱਚ ਬਣਾਓ, ਅਤੇ ਜਿੰਨੇ ਵੀ ਬੂਟਿਆਂ ਦੀ ਲੋੜ ਹੈ ਸਾਡੇ ਤੱਕ ਸੰਪਰਕ ਕਰੋ, ਅਸੀਂ ਬੂਟੇ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ। ਸੋ ਆਓ ਸਾਰੇ ਰਲ ਕੇ ਵਾਤਾਵਰਨ ਬਚਾਈਏ, ਰੁੱਖ ਲਾਈਏ, ਰੁੱਖ ਹੋਣਗੇ ਅਤੇ ਜ਼ਿੰਦਗੀ ਸਾਡੇ ਬੱਚਿਆਂ ਦੀ ਸੁਖਾਲੀ ਹੋਊਗੀ। ਆਓ ਸਾਰੇ ਇਸ ਮੁਹਿੰਮ ਦਾ ਹਿੱਸਾ ਬਣੇ। ਰੁੱਖ ਲਗਾਓ ਵਾਤਾਵਰਨ ਬਚਾਓ ਮਿਸ਼ਨ ਦੇ ਤਹਿਤ ਜਿਹੜੇ ਹਰਿਆਵਲ ਦਸਤੇ ਪਿੰਡਾਂ 'ਚ ਸਾਡੇ ਕੰਮ ਕਰ ਰਹੇ ਉਹਨਾਂ 'ਚ ਸਮਾਜ ਸੇਵਾ ਸੁਸਾਇਟੀ ਜੇਠੂਵਾਲ ਦੇ ਸਾਡੇ ਨੌਜਵਾਨ ਵੀਰ ਇਹਨਾਂ ਨੇ ਬੀੜਾ ਚੁੱਕਿਆ ਜੇਠੂਵਾਲ ਪਿੰਡ ਦੇ ਵਿੱਚ ਪੰਚਾਇਤ ਨਾਲ ਹੋਰ ਵੀ ਸਾਰੇ ਸਮਾਜ ਸੇਵੀ ਲੋਕਾਂ ਨਾਲ ਰਲ ਕੇ 250 ਬੂਟਾ ਜਿਹੜਾ ਪਿੰਡ ਜੇਠੂਵਾਲ ਵਿਖੇ ਲਗਾਇਆ ਜਾਊਗਾ। ਸੋ ਇਹਨਾਂ ਨੂੰ 250 ਬੂਟਾ ਜਿਹੜਾ ਅਸੀਂ ਇੱਥੋਂ ਭੇਜ ਰਹੇ ਹਾਂ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਮੈਨੂੰ ਆਸ ਹੈ ਹੋਰ ਵੀ ਪਿੰਡਾਂ ਦੇ ਲੋਕ ਨੌਜਵਾਨ ਖਾਸ ਕਰਕੇ ਵੀਰ, ਕਿਉਂਕਿ ਜਿਹੜਾ ਫਿਊਚਰ ਹੈ ਜਿੱਦਾਂ ਤਾਪਮਾਨ ਵੱਧ ਰਿਹਾ ਸਾਡੇ ਵਾਸਤੇ ਬਹੁਤ ਔਖਾ ਆ, ਅਤੇ ਹੋਰ ਵੀ ਸਾਰੇ ਇਸ ਹਰਿਆਵਲ ਦਸਤੇ ਜਿਹੜੇ ਆਪੋ ਆਪਣੇ ਪਿੰਡਾਂ ਦੇ ਵਿੱਚ ਬਣਾਓ, ਅਤੇ ਜਿੰਨੇ ਵੀ ਬੂਟਿਆਂ ਦੀ ਲੋੜ ਹੈ ਸਾਡੇ ਤੱਕ ਸੰਪਰਕ ਕਰੋ, ਅਸੀਂ ਬੂਟੇ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ। ਸੋ ਆਓ ਸਾਰੇ ਰਲ ਕੇ ਵਾਤਾਵਰਨ ਬਚਾਈਏ, ਰੁੱਖ ਲਾਈਏ, ਰੁੱਖ ਹੋਣਗੇ ਅਤੇ ਜ਼ਿੰਦਗੀ ਸਾਡੇ ਬੱਚਿਆਂ ਦੀ ਸੁਖਾਲੀ ਹੋਊਗੀ। ਆਓ ਸਾਰੇ ਇਸ ਮੁਹਿੰਮ ਦਾ ਹਿੱਸਾ ਬਣੇ। ਰੁੱਖ ਲਗਾਓ ਵਾਤਾਵਰਨ ਬਚਾਓ ਮਿਸ਼ਨ ਦੇ ਤਹਿਤ ਜਿਹੜੇ ਹਰਿਆਵਲ ਦਸਤੇ ਪਿੰਡਾਂ 'ਚ ਸਾਡੇ ਕੰਮ ਕਰ ਰਹੇ ਉਹਨਾਂ 'ਚ ਸਮਾਜ ਸੇਵਾ ਸੁਸਾਇਟੀ ਜੇਠੂਵਾਲ ਦੇ ਸਾਡੇ ਨੌਜਵਾਨ ਵੀਰ ਇਹਨਾਂ ਨੇ ਬੀੜਾ ਚੁੱਕਿਆ ਜੇਠੂਵਾਲ ਪਿੰਡ ਦੇ ਵਿੱਚ ਪੰਚਾਇਤ ਨਾਲ ਹੋਰ ਵੀ ਸਾਰੇ ਸਮਾਜ ਸੇਵੀ ਲੋਕਾਂ ਨਾਲ ਰਲ ਕੇ 250 ਬੂਟਾ ਜਿਹੜਾ ਪਿੰਡ ਜੇਠੂਵਾਲ ਵਿਖੇ ਲਗਾਇਆ ਜਾਊਗਾ। ਸੋ ਇਹਨਾਂ ਨੂੰ 250 ਬੂਟਾ ਜਿਹੜਾ ਅਸੀਂ ਇੱਥੋਂ ਭੇਜ ਰਹੇ ਹਾਂ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਮੈਨੂੰ ਆਸ ਹੈ ਹੋਰ ਵੀ ਪਿੰਡਾਂ ਦੇ ਲੋਕ ਨੌਜਵਾਨ ਖਾਸ ਕਰਕੇ ਵੀਰ, ਕਿਉਂਕਿ ਜਿਹੜਾ ਫਿਊਚਰ ਹੈ ਜਿੱਦਾਂ ਤਾਪਮਾਨ ਵੱਧ ਰਿਹਾ ਸਾਡੇ ਵਾਸਤੇ ਬਹੁਤ ਔਖਾ ਆ, ਅਤੇ ਹੋਰ ਵੀ ਸਾਰੇ ਇਸ ਹਰਿਆਵਲ ਦਸਤੇ ਜਿਹੜੇ ਆਪੋ ਆਪਣੇ ਪਿੰਡਾਂ ਦੇ ਵਿੱਚ ਬਣਾਓ, ਅਤੇ ਜਿੰਨੇ ਵੀ ਬੂਟਿਆਂ ਦੀ ਲੋੜ ਹੈ ਸਾਡੇ ਤੱਕ ਸੰਪਰਕ ਕਰੋ, ਅਸੀਂ ਬੂਟੇ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ। ਸੋ ਆਓ ਸਾਰੇ ਰਲ ਕੇ ਵਾਤਾਵਰਨ ਬਚਾਈਏ, ਰੁੱਖ ਲਾਈਏ, ਰੁੱਖ ਹੋਣਗੇ ਅਤੇ ਜ਼ਿੰਦਗੀ ਸਾਡੇ ਬੱਚਿਆਂ ਦੀ ਸੁਖਾਲੀ ਹੋਊਗੀ। ਆਓ ਸਾਰੇ ਇਸ ਮੁਹਿੰਮ ਦਾ ਹਿੱਸਾ ਬਣੇ। ਰੁੱਖ ਲਗਾਓ ਵਾਤਾਵਰਨ ਬਚਾਓ ਮਿਸ਼ਨ ਦੇ ਤਹਿਤ ਜਿਹੜੇ ਹਰਿਆਵਲ ਦਸਤੇ ਪਿੰਡਾਂ 'ਚ ਸਾਡੇ ਕੰਮ ਕਰ ਰਹੇ ਉਹਨਾਂ 'ਚ ਸਮਾਜ ਸੇਵਾ ਸੁਸਾਇਟੀ ਜੇਠੂਵਾਲ ਦੇ ਸਾਡੇ ਨੌਜਵਾਨ ਵੀਰ ਇਹਨਾਂ ਨੇ ਬੀੜਾ ਚੁੱਕਿਆ ਜੇਠੂਵਾਲ ਪਿੰਡ ਦੇ ਵਿੱਚ ਪੰਚਾਇਤ ਨਾਲ ਹੋਰ ਵੀ ਸਾਰੇ ਸਮਾਜ ਸੇਵੀ ਲੋਕਾਂ ਨਾਲ ਰਲ ਕੇ 250 ਬੂਟਾ ਜਿਹੜਾ ਪਿੰਡ ਜੇਠੂਵਾਲ ਵਿਖੇ ਲਗਾਇਆ ਜਾਊਗਾ। ਸੋ ਇਹਨਾਂ ਨੂੰ 250 ਬੂਟਾ ਜਿਹੜਾ ਅਸੀਂ ਇੱਥੋਂ ਭੇਜ ਰਹੇ ਹਾਂ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਮੈਨੂੰ ਆਸ ਹੈ ਹੋਰ ਵੀ ਪਿੰਡਾਂ ਦੇ ਲੋਕ ਨੌਜਵਾਨ ਖਾਸ ਕਰਕੇ ਵੀਰ, ਕਿਉਂਕਿ ਜਿਹੜਾ ਫਿਊਚਰ ਹੈ ਜਿੱਦਾਂ ਤਾਪਮਾਨ ਵੱਧ ਰਿਹਾ ਸਾਡੇ ਵਾਸਤੇ ਬਹੁਤ ਔਖਾ ਆ, ਅਤੇ ਹੋਰ ਵੀ ਸਾਰੇ ਇਸ ਹਰਿਆਵਲ ਦਸਤੇ ਜਿਹੜੇ ਆਪੋ ਆਪਣੇ ਪਿੰਡਾਂ ਦੇ ਵਿੱਚ ਬਣਾਓ, ਅਤੇ ਜਿੰਨੇ ਵੀ ਬੂਟਿਆਂ ਦੀ ਲੋੜ ਹੈ ਸਾਡੇ ਤੱਕ ਸੰਪਰਕ ਕਰੋ, ਅਸੀਂ ਬੂਟੇ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ। ਸੋ ਆਓ ਸਾਰੇ ਰਲ ਕੇ ਵਾਤਾਵਰਨ ਬਚਾਈਏ, ਰੁੱਖ ਲਾਈਏ, ਰੁੱਖ ਹੋਣਗੇ ਅਤੇ ਜ਼ਿੰਦਗੀ ਸਾਡੇ ਬੱਚਿਆਂ ਦੀ ਸੁਖਾਲੀ ਹੋਊਗੀ। ਆਓ ਸਾਰੇ ਇਸ ਮੁਹਿੰਮ ਦਾ ਹਿੱਸਾ ਬਣੇ।